ਕਹਿੰਦੇ ਬਾਬਾ ਦੀਪ ਸਿੰਘ ਜੀ ਦਾ ਸਾਥ ਦੇਣ ਦੀ ਮਾਲਵੇ ਦੇ ਵਿੱਚੋਂ ਤਕਰੀਬਨ 6000 ਦੇ ਕਰੀਬ ਸਿੰਘ ਇਕੱਠੇ ਹੋ ਗਏ ਅਤੇ ਸਾਡੀਆਂ ਭੈਣਾਂ ਮਾਤਾ ਭਾਗ ਕੌਰ ਵਰਗੀਆਂ ਗੁਰਮੁਖੋ ਉਹਨਾਂ ਦੀ ਵੰਸ਼ ਦੇ ਵਿੱਚੋਂ ਅਤੇ 100 ਭੈਣਾਂ ਇਕੱਤ੍ਰਿਤ ਹੋ ਕੇ ਸਾਧ ਦੇ ਲਈ ਆ ਗਈਆਂ ਨੇ। ਗੁਰਮੁਖੋ ਉਸ ਟਾਈਮ 'ਤੇ ਬਾਬਾ ਦੀਪ ਸਿੰਘ ਜੀ ਨੇ ਜਿਵੇਂ ਜਿਵੇਂ ਵੀ ਫਰਮਾਨ ਭੇਜੇ ਸਨ ਅਤੇ ਸਾਰੀਆਂ ਜੋ ਸਿੰਘ ਆਪਣੀਆਂ ਆਪਣੀਆਂ ਪਰਸਨਾਂ ਲੈ ਕੇ ਹਾਜ਼ਰ ਹੋ ਗਏ। ਬਾਬਾ ਦੀਪ ਸਿੰਘ ਜੀ ਨੇ ਸਮੁੱਚੀਆਂ ਹੀ ਜੋ ਸਿੰਘਾਂ ਦੀਆਂ ਪਰਸਨਾਂ ਆਈਆਂ ਸਨ ਸਾਰਿਆਂ ਨੂੰ ਇਕੱਠਾ ਬਹਾ ਲਿਆ। ਜਿਵੇਂ ਇੱਕ ਕਮਾਂਡਰ ਆਪਣੀ ਫੌਜ ਨੂੰ ਜਦੋਂ ਜੰਗ ਦੀ ਤਿਆਰੀ ਹੁੰਦੀ ਹੈ ਨਾ ਤਾਂ ਜੰਗ ਦੀ ਤਿਆਰੀ ਦੇ ਲਈ ਉਹਨਾਂ ਨੂੰ ਤਾਰ ਵਿੱਚ ਦੱਸਣੇ ਉਹਨਾਂ ਨੂੰ ਦੱਸਣਾ ਵੀ ਕਿ ਲੜਨਾ। ਤਕਰੀਬਨ ਉਸ ਟਾਈਮ 'ਤੇ ਬਾਬਾ ਦੀਪ ਸਿੰਘ ਜੀ ਨੇ ਸਾਰਿਆਂ ਨੂੰ ਇਕੱਠਾ ਕਰਕੇ ਸਿੰਘਾਂ ਨੂੰ ਬਿਠਾ ਲਿਆ ਅਤੇ ਤਕਰੀਬਨ 1 ਘੰਟੇ ਦੇ ਕਰੀਬ ਉਹਨਾਂ ਦੇ ਉੱਤੇ ਲੱਕੇ ਦਿੱਤਾ ਜੋਸ਼ ਭਰੀਆਂ ਤਕਰੀਰਾਂ ਕੀਤੀਆਂ ਨੇ ਕਿ ਇਸ ਟਾਈਮ 'ਤੇ ਜਾਲਮਾਂ ਨੇ ਆਪਣੀ ਅਣਖ ਨੂੰ ਹੰਗਾਰਿਆ ਏ ਅਤੇ ਆਪਣਾ ਸੀਸ ਚਲਾ ਜਾਵੇ ਪਰ ਆਪਾਂ ਇਹ ਮੋਰਚਾ ਛਕਾਉਣਾ ਹੀ ਛਕਾਉਣਾ। ਆਓ ਗੁਰਮੁਖ ਸਮਾਂ ਸੀਮਤ ਆ। ਜਿਵੇਂ ਬਾਬਾ ਦੀਪ ਸਿੰਘ ਸਮੁੱਚਿਆਂ ਹੀ ਸਿੰਘਾਂ ਨੂੰ ਜੋਸ਼ ਭਰੀਆਂ ਤਕਰੀਰਾਂ ਕਰ ਕਰਕੇ ਸਮਝਾਉਣਾ ਕਰ ਰਹੇ ਆ। ਆਓ ਉਹ ਸਾਰਾ ਸੀਨ ਮਹਾਕਵੀ ਬਾਬੂ ਰਤਨ ਅਲੀ ਖਾਨ ਜੀ ਸਾਹੋ ਕਮਲ ਦੀ ਕਲਮ ਤੋਂ ਸਾਹੋ ਕਮਲ ਜੱਥੇ ਵੱਲੋਂ ਇਉਂ ਬੇਨਤੀ ਕੀਤੀ ਜਾਂਦੀ।